ਕੇ ਦਾ 17 ਵੀ ਵਜਿਆ ਹੈ ਅੱਛਾ ਐ ਵੀ ਲੈ ਲੈਨੇ ਚਲੋ ਖੈਰ ਕੋਈ ਗੱਲ ਨਹੀਂ ਅੱਲਾ ਯਾਦਾ ਕਿਤੇ ਬਿੱਲ ਜ਼ਿਆਦਾ ਨਾ ਨਾ ਹੁੰਦਾ ਲੈ ਵੀ ਸੋਹਣਿਆ ਈਦ ਤੋਂ 3 ਦਿਨ ਪਹਿਲੇ ਹੀ ਤੇਰੀ ਵਾਰੀ ਸ਼ੁਰੂ ਤੇ ਆਪਣੀ ਦਿਹਾੜੀ ਲੰਮੀ ਇਧਰੋਂ ਆਪਾਂ ਬੱਕਰਾ ਜ਼ਿਬਾ ਕਰਨਾ ਹੈ ਪੈਸੇ ਫੜਨੇ ਇੰਜ ਜਾ ਕੇ ਘਰ ਦਾ ਬਿੱਲ ਤਾੜਨਾ ਚਲੋ ਖੈਰ ਕੋਈ ਗੱਲ ਨਹੀਂ ਚੱਲ ਵੀ ਸਾਕਿਆ ਤਿਆਰ ਹੋ ਜਾ ਲੈ ਪਾਣੀ ਵੀ ਇੱਥੇ ਲੱਗ ਪਿਆ ਕੀ ਕਿੱਥੇ ਚਲੋ ਖੈਰ ਕੋਈ ਗੱਲ ਨਹੀਂ ਮੈਂ ਤੈਨੂੰ ਪਿਆਸਾ ਨਹੀਂ ਕਰਨਾ ਕੰਮ ਕਰ ਦੇਣਾ ਆਪਾਂ ਹਲਕਾ ਹੈ ਤੇ ਬਿੱਲ ਵੀ ਮੇਰਾ ਹੋ ਜਾਣਾ ਹਲਕਾ ਚਲੋ ਖੈਰ ਕੋਈ ਗੱਲ ਨਹੀਂ ਨਾ ਵੇਖ ਨਾ ਵੇਖ ਮਿੰਟਾਂ ਬਾਅਦ ਨਾ ਮੈਂ ਤੈਨੂੰ ਇੱਥੇ ਢਾ ਲੈਣਾ ਮਰਜ਼ੀ ਕਰ ਲਾ ਇਸ ਪਹਾੜੀ ਬੱਕਰੇ ਤੇ ਕਿਹਦਾ ਅਸਰ ਹੋਣਾ ਨਾ ਵੇਖ ਇੰਜ ਨਾ ਵੇਖ ਇੱਧਰ ਵੇਖ ਇੱਥੇ ਉਹ ਤੂੰ ਭੇਡੂ ਕੋ ਕੀ ਕਰੀ ਜਾਂਦਾ ਓਏ ਕਿੱਧਰ ਆਇਆ ਕੀ ਸਮਝਿਆ ਤੇਰਾ ਕੰਨ ਫੜ ਕੇ ਮੈਂ ਤੇਰੇ ਕੰਨ ਦੀ ਮੈਲ ਕੱਢਣੀ ਆ ਇੱਥੇ ਇੱਥੇ ਹੁਣੇ ਹਾਂ ਉਹ ਤੂੰ ਕਿੱਧਰ ਛੁਰਿਆ ਬੁੱਧੇ ਚੱਕੀ ਫਿਰਦਾ ਭਾਈਆ ਵੀ ਸਾਕਿਆ ਤੈਨੂੰ ਮੁਬਾਰਕ ਹੋ ਯਾਰ ਮੁਬਾਰਕਾ ਜੀ ਮੈਂ ਕਿੰਨਾ ਜੰਮ ਲਿਆ ਨਹੀਂ ਤੈਨੂੰ 7 ਮੁਬਾਰਕਾਂ ਯਾਰ ਮੁਬਾਰਕਾਂ ਮੈਂ 3 ਦਿਨ ਪਹਿਲੇ ਹੀ ਮੈਂ ਆ ਗਿਆ ਮੈਨੂੰ ਪਛਾਣਿਆ ਨਹੀਂ ਫੱਜਾ ਕਸਾਈ ਅੱਛਾ 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 ਕੀ ਹਾਲ ਹੈ ਬੱਜਿਆ ਵੀ ਮੈਨੂੰ ਤੇਰੀ ਯਾਦ ਆ ਤਾਗਾ ਮਾਨਾ ਹੌਸਲਾ ਕੋਈ ਬੜੀ ਤਾਕਤ ਉਹ ਕਾਕਾ ਚਾਹ ਲਿਆ ਬੰਦਿਆ ਨਹੀਂ ਨਹੀਂ ਚਾਹ ਦੇ ਚਾਹ ਬਾਅਦ ਚ ਪੀਵਾਂਗੇ ਹਾਂ ਮੈਂ ਕਿਹਾ ਚਲੋ ਕੁਰਬਾਨੀ ਤਾਂ ਤੂੰ ਦਿੱਤੀ ਦੇਣੀ ਆ ਦੇਣੀ ਇਨਸ਼ਾਅੱਲਾ ਤੇ ਮੈਂ ਅੱਜ ਹੀ ਤੇਰਾ ਬੱਕਰਾ ਜ਼ਿਬਾ ਕਰ ਭਾਈ ਯਾਰ ਤਿੰਨ ਦਿਨ ਪਏ ਆ ਤੂੰ ਅੱਜ ਜ਼ਿਬਾ ਕਿਦਾਂ ਕਰ ਵੀ ਮੇਰੀ ਗੱਲ ਸੁਣ ਲੈ ਸ਼ਾਕਿਆ ਤੂੰ ਅਕਲਮੰਦ ਬੰਦਾ ਈ ਤੇ ਮੇ ਕੋ ਰਸ਼ ਬਹੁਤ ਹੁੰਦਾ ਤੇਰੇ ਸਿਰੋਂ ਭਾਰ ਲੱਥ ਜਾਣਾ ਸਮਝ ਲੈ ਜਿਹੜਾ ਤੂੰ ਫਰਜ਼ ਸੁਖਿਆ ਸੀ ਨਾ ਇਹ ਆਪਣੀ ਅੰਮੀ ਦੇ ਨਾਂ ਦੀ ਜਾਂ ਆਪਣੇ ਅਬਾਈ ਦੇ ਨਾਂ ਦੀ ਕਰ ਰਿਹਾ ਅੰਮੀ ਦੇ ਨਾਂ ਦੀ ਵੀ ਦੇ ਅੱਪੇ ਦੇ ਨਾਂ ਦੀ ਮਾਸ਼ਾਅੱਲਾ ਇਕੱਠਿਆਂ ਵਾਲੀ ਮਲਾਵ ਇਕੱਠੀਆਂ ਹੀ ਮਹੱਤਾਂ ਮੈਂ ਤੇ ਕਹਿੰਦਾ ਬੱਕਰੀ ਲੈ ਲੈ ਇਹਦੇ ਨਾਲੋਂ ਕਿਤੇ ਜਾ ਕੇ ਉੱਥੇ ਤੇਰੀ ਅੰਮੀ ਨੂੰ ਤੰਗ ਨਾ ਨਾ ਕਰਦਾ ਸੋਹਣਾ ਸੋਹਣਾ ਕਈਲਾ ਕਈਲਾ ਅੱਛਾ ਮੇਰੀ ਗੱਲ ਸੁਣ ਲਾ ਦੱਸੋ ਵੀ ਹੁਣ ਪਾਣੀ ਵੀ ਮੈਂ ਪਿਲਾ ਦਿੱਤਾ ਅੱਛਾ ਤੇ ਇਹ ਫੜ ਇਹਨੂੰ ਹੱਥ ਫੇਰ ਦੇ ਤੇ ਹੱਥ ਲਾ ਮੈਂ ਕਰਨਾ ਕਰਨਾ ਉਹ 2 ਦਿਨ ਤੇ ਪਿਆ ਲਿਆ ਈ ਚਵਾ ਤੇ ਮੁੜ ਕੇ 3 ਦਿਨ ਮੈਂ ਕਰਾਣਾ ਵਾ ਤੂੰ ਅੱਜ ਕਿਸ ਟਾਈਮ ਤੋਂ ਆ ਗਿਆ ਅੱਧੀ ਰਾਤ ਵੀ ਮੈਂ ਤੈਨੂੰ ਕਿਹਾ ਮੈਂ ਬੜਾ ਮਸਰੂਫ ਕਸਾਈ ਆ ਮੈਂ ਅੱਜ ਹੀ ਇਹ ਕਰਨਾ ਫਾਰਗ ਹੋ ਗਿਆ ਜੀ ਫਾਰਗ ਮੈਂ ਫਾਰਗ ਨਾ ਉਦੋਂ ਫਾਰਗ ਨਹੀਂ ਹੋਣਾ ਇਹ ਵਾਲੇ ਦਿਨ ਕੰਨਾ ਗਿਆ ਹੁਣ ਕਰਨਾ ਤੂੰ ਮੇਰੀ ਗੱਲ ਸੁਣ ਲੈ ਅਸੀਂ ਕਿੱਥੋਂ ਕੋਚ ਦੇਣਾ ਜੀ ਦੇ ਲੋਕਾਂ ਨੂੰ ਜੀ ਉਹ ਸਵੇਰ ਸਵੇਰ ਗਟਰ ਦੀ ਭਾਫ ਲੈਣ ਵਾਲਿਆ ਮੇਰੀ ਗੱਲ ਤੇਰੇ ਦਿਮਾਗ 'ਚ ਕਿਉਂ ਨਹੀਂ ਆਉਂਦੀ ਮੈਂ ਕਹਿ ਰਿਹਾ ਮੈਂ ਹੁਣੇ ਹੀ ਕਰਨਾ ਤੂੰ ਬਸ ਹੱਥ ਫੇਰ ਲੈ ਨਹੀਂ ਭਾਈ ਕਰਨਾ ਹੁਣ ਤੂੰ ਪਰੇ ਹੋ ਮੇਰੀ ਗੱਲ ਸੁਣ ਲੈ ਤੂੰ ਹਿਸਾਬ ਕਰਨਾ ਹੁਣ ਕਿੰਨੇ ਪੈਸੇ ਤੂੰ ਮੇਰੇ ਤੇ ਕਿੰਨੇ ਮਕਾਏ ਨਹੀਂ ਆ ਮੈਂ ਕਿਸ਼ਤਾਂ ਨਾਲ ਪੈਸੇ ਲੈਣੇ ਤੇ ਕੋ ਕਿਸ਼ਤਾਂ ਤੀਸਰੇ ਦਿਨ ਕਰਨਾ ਵਾ ਤੂੰ ਮੈਨੂੰ ਇਦਾਂ ਕਰ 2000 ਘੱਟ ਦੇ ਇਹਦੀਆਂ ਤੂੰ ਲੱਤਾਂ ਫੜ ਬਸ ਨਹੀਂ 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 ਮੇਰੀ ਗੱਲ ਸੁਣ ਲੈ ਉਹ ਨਹੀਂ ਸੁਣਿਆ ਨਹੀਂ ਮੇਰੀ ਗੱਲ ਸੁਣ ਲੈ ਸਾਕਿਆ ਈ ਤੇ ਵੱਡੀਆਂ ਵੱਡੀਆਂ ਉਹ ਸਿਰੇ ਬੱਚਿਆਂ ਦਾ ਗਲਾ ਛੱਤਰੇ ਬੱਕਰੇ ਕਿੱਧਰ ਗਏ ਤੇ ਮੈਂ ਕੀ ਕਹੂੰ ਉਹਨਾਂ ਨੂੰ ਮੇਰੀ ਗੱਲ ਸੁਣ ਲੈ ਅੱਜ ਤੋਂ 7 ਸਾਲ ਪਿਛਲੇ ਜ਼ਮਾਨੇ ਦੇ ਸੰਘਾੜੇ ਆਹ ਤੂੰ ਚਲਾ ਰਿਹਾ ਜਾ ਚਲੇ ਜਾ ਕਿੱਥੋਂ ਕਰਨ ਲੱਗ ਗਿਆ ਤੂੰ ਬੱਕਰੇ ਇੱਕ ਸਾਈ ਨੂੰ ਆਲੂ ਵੇਚਣ ਵਾਲਾ ਕਰਦਾ ਇਹਣੀ ਟਾਈਮ ਤੇ ਆ ਗਿਆ ਬੱਕਰੇ ਕਰਨ ਮੇਰੀ ਇੱਕ ਮਿੰਟ ਗੱਲ ਸੁਣ ਲੈ ਆ ਦੇਖਣਾ ਪੁਰਾਣੇ ਦੌਰ ਦੇ ਵਿੱਚ ਇੱਕ ਦੂਜੇ ਨਾਲ ਲੋਕੀ ਪੱਗਾਂ ਬਦਲਾ ਕੇ ਯਾਰ ਬੰਦੇ ਸੀ ਤੂੰ ਤੇ ਮੈਂ ਕੱਛੇ ਤਬਦੀਲ ਕੀਤੇ ਆ ਮੇਰੀ ਬੜੀ ਨਹਾਉਂਦਾ ਰਿਹਾ ਤੂੰ ਨੰਗਾ ਹਾਏ ਹਾਏ ਕਿੱਡਾ ਤੈਨੂੰ ਪਤਾ ਹੁਣ ਜਰਾਨੇ ਵਿੱਚ ਮੈਂ 2 ਦਿਨ ਪਹਿਲਾਂ ਹੀ ਛਤਰ ਨੂੰ ਤਕਬੀਰ ਫੜਾ ਲਾ ਅੱਛਾ ਮੇਰੀ ਗੱਲ ਸੁਣ ਉਹ ਕਾਲੇ ਪੋਤੇ ਤੇਰਾ ਓਏ ਹੜਦਾ ਨਹੀਂ ਉਹ ਕੀ ਹੋ ਗਿਆ ਪਾ ਆ ਜਿਹੜਾ ਉਹ ਕੀ ਹੋ ਗਿਆ ਕਿਉਂ ਕਾਲੇ ਆ ਤੇ ਉਹ ਤੂੰ ਕਛਾਈਆ ਕਿੱਧਰ ਹੈ ਤੈਨੂੰ ਨਹੀਂ ਪਤਾ ਕਿੱਧਰ ਆਪਾਂ ਇੱਧਰ ਹੋਈ ਜਰਾ ਆ ਗੱਲ ਮੇਰੀ ਗੱਲ ਸੁਣ ਲਾ ਆਰਡਰ ਬੁੱਕ ਕੀਤੇ ਆ ਆ ਤੇ ਈਦ ਵਾਲੇ ਦਿਨ ਦਾ ਕੀਤਾ ਅੱਧੀ ਰਾਤ ਨੂੰ ਆ ਕੇ ਤੂੰ ਸਾਡੇ ਨੀਂਦਾ ਰਾਤ ਉਹ ਮੇਰੀ ਗੱਲ ਤੇਰੇ ਦਿਮਾਗ 'ਚ ਨਹੀਂ ਆਉਂਦੀ ਇਹ ਹੈ ਕੌਣ ਹੈ ਡੈਂਗੀ ਦਾ ਸੌਰਾ ਮੇਰੀ ਕੁੜੀ ਦਾ ਸੌਰਾ ਕਿੱਥੋਂ ਬਣ ਗਿਆ ਉਹ ਡੈਂਗੀ ਉਹ ਡੈਂਗੀ ਡੈਂਗੀ ਉਹ ਤਮੀਜ਼ ਕਰ ਕਿੱਧਰ ਅੱਧੀ ਰਾਤ ਨੂੰ ਚੱਲੇ ਤੂੰ ਸਾਈ ਦੇ ਥੱਪੜ ਅੱਲ
दिमाग खराब हो गया। ईद आले दिन दे पैसे मुके तेना 5000 रुपया। किन्ना मुके? 5000। मैं तुहाडे को 2500 लवांगा। तू लत्तां फाड़ बस। चाचा मैं करता तेरा अदब, तू मेरे प्यो दा यार। चल छाबा शीत दे सवेरे सवेरे आई जा। खोती बचे लित्र नी मारने, इनू बदुआवा ही देनी, इन्हें मर जाना। मिंट बाद बकरे की लत फड़ना, इन्हें तेरी भैन कटी। बिस्ती करदा मैं ते कहना इनू छड़ दियो, इहदी कुर्बानी दियो। तेरी शेर कुर्बानियां च नहीं लगदे। तेरी पूछ है किथे? कम से कम बकरे दी नाल ला ला, पता ते लगे शेर आ। मैनूं ते शेर ते कुत्ते च फर्क ही नहीं नजर आउंदे। तेरा साला आया ही, भैन दा पुराना आशिक आया ही, उधर वेख ला। अब्बा एक किड्डे चावा ना लिया सी, बड़े शौक नाल। आ जिन्ने वेचिया सी ना, उन्हें क्या भी थी कंजर को बचा के रख। मेरी गल सुन लो, आखरी आखरी की बस, अपना तुसी फर्ज अदा करो, अल्लाह इन्हां दी कुर्बानी कबूल करना। लतां फड़ फर्ज कबूल होना ईद आले दिन। अच्छा, वो कैसा तो कुड़मान आई है चवले जी, जा चला जा इथों। मजाक कर रहा सी, साडे प्रोग्राम दा नाम आओ हसीए। अच्छा, ओ देखो कैमरा चलन दे। अमाना तो बहुत
अच्छी गल की है अपने मुंह ते छापड़ चढ़ा मैं तेरी चुमी ले चैनल ते आंदा जी।